ਬਾਬਿਓ ਸਾਰਿਆਂ ਨੂੰ ਵਧਾਈਆਂ, ਆ ਜਾ ਤੂੰ ਵੀ ਆ ਜਾ ਬਾਬੇ ਆਪਣੇ ਇੰਸਟਾਗ੍ਰਾਮ ਤੇ ਨੀਲੀ ਟਿੱਕ ਲੱਗੀ। ਬਾਬਿਓ ਬੜੇ ਟਾਈਮ ਦੀ ਦਿਲ ਦੀ ਚਾਹ ਸੀ ਬਾਬੇ, ਇੱਛਾ ਸੀਗੀ ਉਹ ਪੂਰੀ ਹੋ ਗਈ। ਕਈ ਸਾਲਾਂ ਤੋਂ ਬਾਬੇ ਮੱਥਾ ਮਾਰਦੇ ਆ ਰਹੇ ਸੀ, ਕੋਈ ਪੈਸਾ ਨਹੀਂ ਦਿੱਤਾ ਕਿਸੇ ਕੰਪਨੀ ਵਾਲੇ ਨੇ, ਨਹੀਂ ਲਵਾ ਕੇ ਦਿੱਤੀ ਇੰਸਟਾਗ੍ਰਾਮ ਤੇ ਟਿੱਕ, ਆਪਾਂ ਆਪ ਹੀ ਲਵਾਈ ਆ ਬਾਬਿਓ। ਪਤਾ ਕਿਵੇਂ ਲੱਗੀ ਹੈ? ਮੱਖੀ ਪਾੜ ਕੇ। ਬਾਬਿਓ ਸਾਰਿਆਂ ਨੂੰ ਵਧਾਈਆਂ, ਆ ਜਾ ਤੂੰ ਵੀ ਆ ਜਾ ਬਾਬੇ ਆਪਣੇ ਇੰਸਟਾਗ੍ਰਾਮ ਤੇ ਨੀਲੀ ਟਿੱਕ ਲੱਗੀ। ਬਾਬਿਓ ਬੜੇ ਟਾਈਮ ਦੀ ਦਿਲ ਦੀ ਚਾਹ ਸੀ ਬਾਬੇ, ਇੱਛਾ ਸੀਗੀ ਉਹ ਪੂਰੀ ਹੋ ਗਈ। ਕਈ ਸਾਲਾਂ ਤੋਂ ਬਾਬੇ ਮੱਥਾ ਮਾਰਦੇ ਆ ਰਹੇ ਸੀ, ਕੋਈ ਪੈਸਾ ਨਹੀਂ ਦਿੱਤਾ ਕਿਸੇ ਕੰਪਨੀ ਵਾਲੇ ਨੇ, ਨਹੀਂ ਲਵਾ ਕੇ ਦਿੱਤੀ ਇੰਸਟਾਗ੍ਰਾਮ ਤੇ ਟਿੱਕ, ਆਪਾਂ ਆਪ ਹੀ ਲਵਾਈ ਆ ਬਾਬਿਓ। ਪਤਾ ਕਿਵੇਂ ਲੱਗੀ ਹੈ? ਮੱਖੀ ਪਾੜ ਕੇ। ਤਾਂ ਦੋਸਤੋ, ਜਿਵੇਂ ਕਿ ਤੁਸੀਂ ਨੇ ਇਹ ਵੀਡੀਓ ਦੇਖਿਆ ਕਿ ਪ੍ਰੋਡਿਊਸਰ DXX ਨੂੰ ਬਲੂ ਟਿੱਕ ਮਿਲ ਚੁੱਕੀ ਹੈ ਇੰਸਟਾਗ੍ਰਾਮ 'ਤੇ, ਅਤੇ ਉਹਨਾਂ ਦੇ 500,000 ਫੋਲੋਅਰ ਵੀ ਇੰਸਟਾਗ੍ਰਾਮ ਉੱਤੇ ਕੰਪਲੀਟ ਹੋ ਚੁੱਕੇ ਹਨ, ਜਿਸ ਦੀ ਖੁਸ਼ੀ ਦੇ ਵਿੱਚ ਪ੍ਰੋਡਿਊਸਰ ਨੇ ਇਹ ਸਟੋਰੀ ਪਾਈ। ਬਾਕੀ ਦੋਸਤੋ, ਤੁਹਾਡੇ ਕੀ ਵਿਚਾਰ ਹਨ? ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਦੇਣਾ, ਅਤੇ ਸਾਡੇ ਵੱਲੋਂ ਪ੍ਰੋਡਿਊਸਰ DXX ਨੂੰ ਲੱਖ ਲੱਖ ਵਧਾਈਆਂ ਬਲੂ ਟਿੱਕ ਦੀਆਂ।